ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਕੈਟ ਹੋਗੇ ਦਿਸ ਇਜ਼ ਅਮਨ ਦਿਸ ਇਜ਼ ਬਾਨੀ ਐਂਡ ਟੂ ਆਲ ਸਵਾਗਤ ਸਾਡੇ YouTube ਚੈਨਲ ਅੰਬਾਨੀ ਰੈਕਸ ਤੇ ਸੋ ਜੈਸੇ ਕਿ ਆਪ ਸਭ ਲੋਗੋ ਨੇ ਥੰਬਨੇਲ ਮੇ ਦੇਖ ਹੀ ਲਿਆ ਹੋਗਾ ਕਿ ਹਮ ਕਿਸ ਪੇ ਰਿਐਕਸ਼ਨ ਦੇਣੇ ਵਾਲੇ ਹੈ ਪਵਨ ਸਿੰਘ ਐਂਡ ਅਕਸ਼ਰਾ ਸਿੰਘ ਐਂਡ ਦੋਨੋਂ ਕਾ ਸਟੇਜ ਸ਼ੋ ਯਾਰ ਬਹੁਤ ਜ਼ਬਰਦਸਤ ਗਿਆ ਥਾ ਐਂਡ ਯੇ ਹੋਲੀ ਕੇ ਆਸ ਪਾਸ ਹੀ ਹੁਆ ਥਾ ਐਂਡ ਕਾਫੀ ਪੁਰਾਣਾ ਸਟੇਜ ਸ਼ੋ ਹੈ ਤੋ ਆਜੋ ਕਲ ਸਟੇਜ ਸ਼ੋ ਦੇਖਤੇ ਕਿਉਂਕਿ ਖਤਰਨਾਕ ਹੋਣੇ ਵਾਲਾ ਹੈ ਸਟੇਜ ਸ਼ੋ ਤੇ ਦੇਖਤੇ ਕੈਸਾ ਹੈ ਮਤਲਬ ਕਮੈਂਟ ਕਾਫੀ ਆਏ ਹੈ ਸਟੇਜ ਸ਼ੋ ਕੇ ਬਾਰੇ ਮੇ ਕਿ ਓਲਡ ਸਟੇਜ ਸ਼ੋ ਜੋ ਹੈ ਨਾ ਇਨਕੇ ਪਵਨ ਸਿੰਘ ਐਂਡ ਅਕਸ਼ਰਾ ਸਿੰਘ ਕੀ ਹੈਗੀ ਹੈ ਰਿਐਕਸ਼ਨ ਕਰੋ ਤੋ ਆਜੋ ਪਹਿਲੇ ਸਟੇਜ ਸ਼ੋ ਦੇਖਤੇ ਹੈ ਕੈਸਾ ਹੈ ਫਿਰ ਇਸਕੇ ਬਾਰੇ ਮੇ ਬਾਤ ਕਰਤੇ ਹੈ ਐਂਡ ਆਪਕੋ ਪਤਾ ਕਿਆ ਕਰਨਾ ਹੈ ਵੀਡੀਓ ਸਟਾਰਟ ਕਰਨੇ ਸੇ ਪਹਿਲੇ ਲਾਈਕ ਐਂਡ ਸਬਸਕ੍ਰਾਈਬ ਤੋ ਆਜੋ ਵੀਡੀਓ ਸਟਾਰਟ ਕਰਤੇ ਹੈ ਲੈਟਸ ਗੋ सिंह ने साड़ी पहनी है भाई गला खा फिर भी अच्छा गा रहे हैं ये स्टेज शो कहाँ हुआ था इसके बारे में पता नहीं है तो मैं इसका जरूर बताना कहाँ पर हुआ था क्या बात है प्यार तो बहुत था अक्षर सिंह और पवन सिंह के बीच में चाहे अब लड़ाई होगी है वो बात अलग है जोड़ी भी अच्छी थी दर्शते भी देखने वाला मतलब जबरदस्त था यार बाकी पवन सिंह यार जबरदस्त तरीके से जो गाना गाया मतलब
सिंगिंग यार उनको पता ही है, उनका गला खराब था यार, फिर भी बड़ा अच्छा सॉन्ग था ना उन्होंने गाया। बाकी यार आप लोगों को स्टेज शो कैसे लगा कमेंट करके जरूर बताना, एंड चैनल को लाइक एंड सब्सक्राइब करना मत भूलिएगा। मिलते हैं आपको अनदर इलेक्शन वीडियो पर, धन्यवाद।